ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਬਹੁਤ ਵੱਡੀ ਖਬਰ ਆ ਚੁੱਕੀ ਹੈ ਜੀ ਚੜ੍ਹਦੀ ਸਵੇਰ ਲੋਕਾਂ ਨੂੰ ਮੰਗਾਈ ਤੋਂ ਮਿਲੀ ਰਾਹਤ ਹੁਣ ਸਿਰਫ 634 ਰੁਪਏ ਵਿੱਚ ਮਿਲੇਗਾ ਗੈਸ ਸਿਲੰਡਰ ਚੱਕ ਲੋ ਫਾਇਦਾ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਓ ਪੂਰੀ ਖਬਰ ਦਾ ਤੁਹਾਨੂੰ ਪਤਾ ਲੱਗ ਜਾਵੇਗਾ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਮੰਗਾਈ ਦਿਨ ਪ੍ਰਤੀ ਦਿਨ ਆਸਮਾਨ ਨੂੰ ਸ਼ੂਰੀਆ ਤੇ ਐਸੇ ਸਮੇਂ ਦੇ ਵਿੱਚ ਕਿਸੇ ਵੀ ਚੀਜ਼ ਦੀ ਕੀਮਤ ਘਟਣਾ ਆਮ ਆਦਮੀ ਦੇ ਲਈ ਜੀਵਨ ਵਿੱਚ ਖੁਸ਼ੀਆਂ ਲਿਆ ਸਕਦਾ ਤੇ ਹਰ ਆਮ ਆਦਮੀ ਐਲਪੀਜੀ ਸਿਲੰਡਰ ਦੀਆਂ ਵੱਧ ਰਹੀਆਂ ਕੀਮਤਾਂ ਤੋਂ ਪਰੇਸ਼ਾਨ ਤੇ ਅਜਿਹੀ ਸਥਿਤੀ ਵਿੱਚ ਅਸੀਂ ਦੱਸ ਰਹੇ ਹਾਂ ਕਿ ਤੁਸੀਂ ਇੱਕ ਸਸਤਾ ਐਲਪੀਜੀ ਸਿਲੰਡਰ ਕਿਵੇਂ ਪ੍ਰਾਪਤ ਕਰ ਸਕਦੇ ਹੋ ਤੇ 4 ਅਕਤੂਬਰ 2021 ਤੋਂ ਬਾਅਦ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਵੀ ਬਦਲਾਅ ਨਹੀਂ ਹੋਇਆ ਤੇ ਇਸ ਦੇ ਬਾਵਜੂਦ ਵੀ ਤੁਸੀਂ ਸਰਪਾ 633 ਰੁਪਏ ਤੇ 50 ਪੈਸੇ ਵਿੱਚ ਐਲਪੀਜੀ ਸਿਲੰਡਰ ਪ੍ਰਾਪਤ ਕਰ ਸਕਦੇ ਹੋਂ ਦਰਅਸਲ ਅਸੀਂ ਉਸ ਸਿਲੰਡਰ ਬਾਰੇ ਦੱਸ ਰਹੇ ਹਾਂ ਜਿਸ ਵਿੱਚ ਗੈਸ ਦਿਖਾਈ ਦਿੰਦੀ ਹੈ ਤੇ ਇਹ ਸਿਲੰਡਰ 14.2 ਕਿਲੋ ਗੈਸ ਵਾਲੇ ਭਾਰੀ ਸਿਲੰਡਰ ਦੇ ਨਾਲੋਂ ਵੀ ਹਲਕਾ ਹੈ ਘੱਟ ਕੀਮਾ ਤੇ ਗੈਸ ਸਿਲੰਡਰ ਕਿਵੇਂ ਪ੍ਰਾਪਤ ਕਰੀਏ ਤੇ ਇਸ ਵੇਲੇ ਦਿੱਲੀ ਵਿੱਚ 14.2 ਕਿਲੋਗ੍ਰam ਦਾ ਐਲਪੀਜੀ ਸਿਲੰਡਰ 899 ਰੁਪਏ ਤੇ 50 ਪੈਸੇ ਤੇ ਉਪਲਬਧ ਹੈ ਤੇ ਇਹਦੇ ਆਲਟ ਤੁਸੀਂ ਕੰਪੋਜ਼ਿਟ ਐਲਪੀਜੀ ਸਿਲੰਡਰ ਸਿਰਫ 633 ਰੁਪਏ ਤੇ 50 ਪੈਸੇ ਵਿੱਚ ਪ੍ਰਾਪਤ ਸਕਦੇ ਹੋ ਤੇ ਇਹਦੇ ਨਾਲ 5 ਕਿਲੋ ਗੈਸ ਦੇ ਨਾਲ ਐਲਪੀਜੀ ਕੰਪੋਜ਼ਿਟ ਸਿਲੰਡਰ ਲਈ ਤੁਸੀਂ ਸਿਰਫ 502 ਰੁਪਏ ਖਰਚਨੇ ਪੈਣਗੇ ਜਰਕੇ 10 ਕਿਲੋਗ੍ਰam ਦਾ ਐਲਪੀਜੀ ਕੰਪੋਜ਼ਿਟ ਐਲਪੀਜੀ ਸਿਲੰਡਰ ਪ੍ਰਾਪਾਉਣ ਦੇ ਲਈ ਤੁਹਾਨੂੰ 633 ਰੁਪਏ ਤੇ 50 ਪੈਸੇ ਦੇਣ ਪੈਣਗੇ ਤੇ ਇਹ ਸਪਸ਼ਟ ਹੈ ਕਿ ਇਸ ਸਿਲੰਡਰ ਵਿੱਚ 4 ਕਿਲੋ ਐਲਪੀਜੀ ਆਮ ਸਿੰਲਿੰਡਰ ਨਾਲੋਂ ਘੱਟ ਹੁੰਦੇ ਆ ਤੇ ਇਹਦੇ ਲਈ ਇਹਦਾਂ ਦੀਆਂ ਕੀਮਤਾਂ ਵੀ ਘੱਟ ਹਨ